ਤਾਂ ਲੀਨ ਰੁਕਣਾ ਵੀ ਹੈ। ਉਹ ਜੇ ਬਜਾ ਵੀ ਰਹੀ ਹੈ ਨਾ ਪੰਜਾਹ ਵਾਲੇ ਨੂੰ, ਕੋਈ ਨਹੀਂ ਫਰਕ ਪੈਂਦਾ ਲਾਈਟ ਦਾ, ਘੱਟਦੀ ਨਹੀਂ ਲਾਈਟ। ਜੇ 500 ਦਾ ਬਲਬ ਜਗਦਾ ਹੈ 50 ਦਾ ਚਾਹੇ ਬਜਾ ਵੀ ਰਹੀਏ, ਲਾਈਟ ਨੂੰ ਨਹੀਂ ਫਰਕ ਪੈਂਦਾ ਵੀ ਲਾਈਟ ਘਟੂਗੀ। ਵੱਡੀ ਲਾਈਟ ਤੇ ਤੂੰ ਕੋਈ ਹੈ ਨਹੀਂ, ਵੱਡਾ ਗਿਆਨ ਕੋਈ ਹੈ ਨਹੀਂ, ਛੇ ਤੂੰ ਹੁੰਦਾ ਨਹੀਂ। ਸ਼ਾਇਦ ਦਾ ਮਤਲਬ ਨਾ ਸੋਹਣਾ ਨਹੀਂ ਹੁੰਦਾ, ਸ਼ਾਇਦ ਦਾ ਮਤਲਬ ਨਾ ਸੋਹਣਾ ਲਿਖੀ ਗਿਆ ਹੈ, ਨਾ 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 ਸੋਹਣਾ ਨਹੀਂ ਹੁੰਦਾ। ਸ਼ਾਇਦ ਦਾ ਮਤਲਬ ਹੈ ਉਹਦੇ ਪ੍ਰਭਾਵਹੀਣ ਕਰ ਦੇਣਾ। ਦੂਏ ਜਿੰਨਾ ਗਿਆਨ ਨੇ, ਜਿਹੜੀਆਂ ਮੱਤਾਂ ਨੇ, ਉਹਨੂੰ ਪ੍ਰਭਾਵਹੀਣ ਕਰ ਦੇ ਇਹ ਗਿਆਨ। ਜਿਵੇਂ ਗੁਰੂ ਅਮਰਦਾਸ ਦੇ ਕੋਲ ਕੋਈ ਗਿਆਨ ਸੀ ਪਹਿਲਾਂ, ਉਸ ਮੱਤ ਦੇ ਜਿੰਨੇ ਸੰਤ ਦੀ ਉਹ ਪ੍ਰਭਾਵ ਨਹੀਂ ਸੀ ਪਾ ਸਕਦੇ, ਲੇਕਿਨ ਗੁਰੂ ਅੰਗਦ ਦੇਵ ਦਾ ਪ੍ਰਭਾਵ ਪੈ ਗਿਆ। ਉਹ ਜਿਹੜਾ ਪਹਿਲਾਂ ਗਿਆਨ ਸੀ ਕਿੱਥੇ ਗਿਆ? ਛੈ ਹੋ ਗਿਆ, ਉਹ ਇਹਦੇ ਵਿੱਚ ਛੁਪ ਗਿਆ, ਉਹ ਇਸ ਗਿਆਨ ਦੇ ਵਿੱਚ ਲੀਨ ਹੋ ਗਿਆ। ਇਹ ਜ਼ਿਆਦਾ ਸੀ, ਉਹ ਥੋੜ੍ਹਾ ਸੀ, ਇਹ ਇਹ ਮਤਲਬ ਹੈ ਛੈ। ਆਦ ਅਦਵੈ ਵਿਧਾਤਾ, ਆਦ ਹੈ ਸਭ ਦਾ, ਅਦਵੈ ਤੇਰੇ ਅੰਦਰ ਦ੍ਵੈਤ ਨਹੀਂ ਹੈ, ਵਿਧਾਤਾ ਵਿਧਾਤਾ ਹੈ, ਸਭ ਵਿਧੀ ਜਾਣਦਾ। ਜੋ ਸੰਸਾਰ ਦੀ ਵਿਧੀ ਹੈ, ਕੋਈ ਐਸੀ ਵਿਧੀ ਨਹੀਂ ਜਿਹੜੀ ਤੂੰ ਨਹੀਂ ਜਾਣਦਾ, ਕੋਈ ਐਸੀ ਜੁਗਤ ਨਹੀਂ ਜਿਹੜੀ ਤੈਨੂੰ ਪਤਾ ਨਹੀਂ। ਹਾਂਜੀ, ਵਿਧਾਤਾ ਵਿਧੀ ਦਾ ਜਾਣਨ ਵਾਲੇ ਨੂੰ ਕਹਿੰਦੇ ਨੇ। ਵਿਧੀ ਪੈਦਾ ਹੀ, ਹਰ ਵਿਧੀ ਪੈਦਾ ਹੀ ਤਾਂ ਕੀਤੀ ਹੈ। ਨਾ ਤ੍ਰਸਤੰਗ ਨਾ ਗ੍ਰਸਤੰਗ ਸਮਸਤੰਗ ਸਰੂਪੇ, ਨਾ ਤ੍ਰਸਤੰਗ ਤੈਨੂੰ ਕੋਈ ਚਿੰਤਾ ਨਹੀਂ ਹੈ, ਤੈਨੂੰ ਕੋਈ ਭੈ ਨਹੀਂ ਹੈ, ਤ੍ਰਾਸ ਨਹੀਂ ਹੈ। ਨਾ ਗ੍ਰਸਤੰਗ, ਨਾ ਕਿਸੇ ਦਾ ਕੋਈ ਤੈਨੂੰ ਗ੍ਰਸ ਸਕਦਾ। ਗ੍ਰਸਣਾ ਹੁੰਦਾ ਜਿਵੇਂ ਕਹਿੰਦੇ ਨੇ ਇਹ ਰਾਹੂ ਕੇਤੂ ਨੇ ਸੂਰਜ ਗ੍ਰਸ ਲਿਆ, ਚੰਦਰ ਗ੍ਰਹਿਣ ਲੱਗਦਾ ਨਾ, ਤੈਨੂੰ ਗ੍ਰਹਿਣ ਨਹੀਂ ਲਾ ਸਕਦਾ, ਕੋਈ ਗ੍ਰਸ ਨਹੀਂ ਸਕਦਾ, ਪ੍ਰਭਾਵ ਨਹੀਂ ਪਾ ਸਕਦਾ ਤੇਰੇ ਤੇ ਕੋਈ। ਤੂੰ ਕਿਸੇ ਦੀ ਪ੍ਰਭਾਵ ਚ ਨਹੀਂ ਆਉਂਦਾ। ਸਮਸਤੰਗ ਸਰੂਪੇ, ਸਮਸਤੰਗ ਸਰੂਪੇ, ਸੁਮਸਤੰਗ ਸਰੂਪੇ, ਸੁਮਸਤੰਗ, ਬਸ ਆਪਣੀ ਮਸਤੀ ਚ ਮਸਤ ਰਹਿਣਾ। ਕਿਸੇ ਤੇ ਤੈਨੂੰ ਕੋਈ ਮਤਲਬ ਨਹੀਂ, ਆਪਣੀ ਮਸਤੀ ਚ ਮਸਤ, ਐਸੀ ਮਸਤੀ ਹੈ ਤੇਰੀ, ਇਹਦੇ ਵਰਗੀ ਮਸਤੀ ਕਿਸੇ ਕੋਲ ਹੈ ਉਹ ਨਹੀਂ। ਆਪਣੇ ਆਪ ਚ ਮਸਤ ਰਹਿਣਾ, ਸਮਸਤ ਸਰੂਪੇ ਦਾ ਮਤਲਬ ਹੈ ਸ੍ਰੇਸ਼ਟ ਮਸਤੀ ਹੈ, ਪਰ ਉਹ ਅੱਛੀ ਸ੍ਰੇਸ਼ਟ ਮਸਤੀ ਹੈ, ਮਸਤੀ ਘਟੀਆ ਵੀ ਤਾਂ ਹੁੰਦੀ ਹੈ, ਸਭ ਦਾ ਭਲਾ ਕਰਨ ਵਾਲੀ ਮਸਤੀ ਹੈ, ਭਲਾ ਸੋਚਣ ਵਾਲੀ ਉਹ ਮਸਤੀ ਹੈ, ਬੁਰਾ ਕਿਸੇ ਦਾ ਨਹੀਂ ਸੋਚਦਾ, ਮਸਤੀ 'ਚ ਵੀ ਰਹਿਣਾ, ਭਲਾ ਵੀ ਕਰਦਾ ਸਭ ਦਾ, ਬੇਪਰਵਾਹ, ਕਿਸੇ 'ਤੇ ਕੋਈ ਨੁਕਸਾਨ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ, ਮਾਫ਼ ਕਰਨ ਦੀ ਕੋਈ, ਸਭ ਨੂੰ ਮਾਫ਼ ਕਰਨ ਦੀ ਸ਼ਕਤੀ, ਸਭ ਤੋਂ ਜ਼ਿਆਦਾ ਮਾਫ਼ ਕਰਨ ਦੀ ਸ਼ਕਤੀ ਤੇਰੇ 'ਚ, ਸਭ ਤੋਂ ਜ਼ਿਆਦਾ ਬਰਦਾਸ਼ਤ ਕਰਨ ਦੀ ਸ਼ਕਤੀ, ਨੁਕਸਾਨ ਬਰਦਾਸ਼ਤ ਕਰਨ ਦੀ ਸ਼ਕਤੀ ਤੇਰੇ 'ਚ, ਆਪਣੇ ਵਿਰੋਧੀਆਂ 'ਤੇ ਸਭ ਤੋਂ ਜ਼ਿਆਦਾ ਦਇਆ ਕਰਨ ਦੀ ਸ਼ਕਤੀ ਤੇਰੇ 'ਚ, ਕਿੰਨੇ ਵਿਰੋਧ ਕੀਤਾ ਗੁਣਾ ਗੁਣ ਫਿਰ ਨਹੀਂ ਚਿਤਾਰਦਾ, ਜਿਹੜਾ ਆਉਂਦਾ ਛੜਨਾ ਇਸ ਕੰਠ ਲਾਏ, ਛੜਨਾ ਇਹਨੂੰ ਫਿਰ ਕੰਠ ਲਾ ਲੈਂਦਾ। ਨਮਸਤੰ ਨਮਸਤੰ ਤੁਸਤੰ ਅਭੂਤੇ, ਨਮਸਤੰ 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 ਤੋਏ 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 ਅਲੱਗ ਤੂੰ ਤੈਨੂੰ ਤੋਏ ਸਤੰ ਅਭੂਤੇ ਹੇ ਸਤਿਅੰ ਸਤ ਸਰੂਪ ਅਭੂਤੇ, ਕੋਈ ਸੰਸਾਰੀ ਪਦਾਰਥ ਨਹੀਂ ਹੈ ਤੂੰ, ਸਤੰ ਅਭੂਤੇ ਸਤ ਸਰੂਪ ਤਾਂ ਹੈ ਪਰ ਸੰਸਾਰੀ ਪਦਾਰਥ ਨਹੀਂ ਕੋਈ ਹੈ, ਪਦਾਰਥ ਵੀ ਹੈ ਪਰ ਸੰਸਾਰੀ ਕੋਈ ਵੀ ਨਹੀਂ, ਪੜਦਾ ਅਭੂਤੇ ਸਤ ਸਰੂਪ ਹੈ, ਹਮੇਸ਼ਾ ਰਹਿਣ ਵਾਲਾ ਹੈ ਅਭੂਤੇ। ਤਉ ਪ੍ਰਸਾਦ ਪਾਦਲੀ ਛੰਦ ਅਭਿਆਕਤ ਤੇਜ ਅਨੁਭਉ ਪ੍ਰਕਾਸ਼, ਚਾਰੇ ਜਿਹੜੇ ਪਿਛਲੇ ਸੀ ਨਾ ਪਦੇ, ਚਾਰੇ ਪਦੇ ਸਿਰੇ ਦੇ ਹੀ ਸੀ, ਕਿਉਂਕਿ ਐਂਡ ਤੇ ਆਏ ਨੇ ਚਾਰੇ ਪਦੇ, ਚਾਰੇ ਪਦਿਆਂ 'ਚ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਦਸ ਆਦਿ ਦੇ ਵਿੱਚ ਵਾਲੀਆਂ ਇੱਥੇ ਕੁੰਡੀਆਂ ਖੁੱਲਦੀਆਂ ਨੇ, ਆ ਕੇ ਬਹੁਤ ਸਾਰੀਆਂ ਬਰੀਕੀਆਂ ਇੱਥੇ ਜ਼ਿਆਦਾ ਖੁੱਲਦੀਆਂ ਖੋਲੀਆਂ ਹੋਈਆਂ। ਹਾਂਜੀ,
ਅਭਿਆਕਤ ਤੇਜ ਅਨੁਭਵ ਪ੍ਰਕਾਸ਼। ਅਭਿਆਕਤ ਤੇਜ, ਤੇਜ ਤਾਂ ਤੇਰਾ ਹੈ, ਜੋਤ ਤਾਂ ਹੈ, ਪਰ ਉਹਦਾ ਕੋਈ ਦੇਹ ਨਹੀਂ ਹੈ। ਸਾਡੇ ਵੀ ਜੋਤ ਹੈ, ਦੇਖੋ ਆਦਮੀ ਦੇ ਵੀ ਜੋਤ ਹੈ, ਜੋਤ ਆਦਮੀ ਦੇ ਵਿੱਚ ਵੀ ਹੈ, ਸਰੀਰ 'ਚ ਜੋਤ ਰੱਖੀ ਹੋਈ ਹੈ ਨਾ। ਘੱਟ ਘੱਟ ਜੋਤ ਸਮੋਏ ਸਮੋਏ, ਸਾਰਿਆਂ 'ਚ ਜੋਤ ਸਮੋਈ ਹੋਈ ਹੈ, ਤਾਂ ਸਰੀਰ ਬਣੇ ਨੇ। ਤੁਮੇ ਜੋਤ ਕੀਤਾ ਤੂੰ ਚੱਕ, ਸਭ ਜੋ ਜੋਤ ਹੈ ਸੋਏ, ਸਾਰੇ ਜੋਤ ਹੈ। ਤੂੰ ਜੋਤ ਤਾਂ ਹੈ ਪਰ ਤੇਰੀ ਦੇਹ ਨਹੀਂ ਹੈ, ਪੰਜ ਸਰੀਰਾਂ ਦੀ, ਪੰਜ ਤੱਤਾਂ ਵਾਲੀ ਦੇਹ ਨਹੀਂ ਹੈ। ਜੋਤ ਹੈ ਪਰ ਸਰੀਰ ਹੈ ਨਹੀਂ, ਪੰਜ ਤੱਤਾਂ ਵਾਲਾ ਸਰੀਰ ਤੋਂ ਬਿਨਾਂ ਜੋਤ ਹੈ ਤੂੰ। ਅਭਿਆਕਤ ਤੇਜ, ਜਦੋਂ ਪੂਰਨ ਜੋਤ ਹੁੰਦੀ ਹੈ ਨਾ ਪੂਰਨ, ਫਿਰ ਪੰਜ ਤੱਤਾਂ ਦੇ ਸਰੀਰ ਦੀ ਲੋੜ ਨਹੀਂ ਰਹਿੰਦੀ। ਪੂਰਨ ਜੋਤ ਜਗ੍ਹਾ ਘੱਟ ਮੈਂ, ਖਾਲਸਾ ਤਾਹੀ ਨਿਖਾਲਸਾ, ਜਾਂ ਜੋਤ ਪੂਰਨ ਹੋ ਜਾਂਦੀ ਹੈ ਫਿਰ ਇਹਨੂੰ ਦੇਹ ਦੀ ਲੋੜ ਨਹੀਂ ਰਹਿੰਦੀ। ਜਿੰਨਾ ਚਿਰ ਜੋਤ ਘੱਟ ਹੈ ਨਾ, ਪੂਰਨ ਹੈ ਨਹੀਂ, ਉਹਨਾਂ ਚਿਰ ਪੂਰਨ ਤਾਹੀ ਵਾਸਤੇ ਸਰੀਰ ਦੀ ਲੋੜ ਪੈਂਦੀ ਹੈ, ਜੋਤ ਪੂਰੀ ਕਰਨ ਵਾਸਤੇ ਲੋੜ ਪੈ ਰਹੀ ਹੈ ਸਰੀਰ ਦੀ। ਬਾਅਦ 'ਚ ਕੀ ਲੋੜ ਹੈ? ਬਾਅਦ 'ਚ ਨਹੀਂ ਲੋੜ ਹੈ। ਪੂਰਾ ਹੁਣ ਤੱਕ ਕੇ ਲੋੜ ਪੈਂਦੀ, ਉਹਨਾਂ ਚਿਰ ਤੱਕ ਪੇੜ ਨੂੰ ਫਲ ਲੱਗਦਾ ਹੈ ਜਿੰਨਾ ਚਿਰ ਪੂਰਾ ਹੋ ਕੇ ਪੱਕਿਆ ਨਹੀਂ। ਜੇ ਪੂਰਾ ਹੋ ਗਿਆ, ਪੱਕ ਗਿਆ, ਫਿਰ ਉਹ ਪੇੜ ਦੀ ਲੋੜ ਨਹੀਂ ਰਹਿੰਦੀ ਉਹਨੂੰ। ਸਰੀਰ ਤਾਂ ਪੇੜ ਹੈ ਨਾ, ਮਾਇਆ ਤਾਂ, ਮਾਇਆ ਦੇ ਤਾਂ ਸਾਰੇ ਪੇੜੇ ਨੇ। ਤਰਬਰ ਏਕ ਅਨੇਕ ਡਾਰ ਸਾਖਾ, ਪੋਪ ਪੱਤਾ ਰਸ ਭਰਿਆ, ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰਿਆ। ਇਹ ਤਾਂ ਇੱਕੋ ਹੀ ਪੇੜ ਦੀਆਂ ਡਾਰ ਸਾਖਾ ਨੇ, 84 ਲੱਖ ਜੁੰਨਾਂ, ਇੱਕੋ ਹੀ ਦਰਖਤ ਦੀਆਂ ਸ਼ਾਖਾਵਾਂ ਨੇ। ਜਨਮ ਜੁਨਮ ਕਾਹਨੂੰ ਹੈ ਕੋਈ? ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰਿਆ। ਇਹ ਕੀ ਹੈ? ਰਾਜਾ ਰਾਮ ਕੀ ਕਹਾਣੀ ਹੈ, ਕਹਿੰਦੇ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ, ਇਹੀ ਤਾਂ ਰਾਜਾ ਰਾਮ ਕੀ ਕਹਾਣੀ ਹੈ। ਇਹ ਜੰਮਣ ਵਰਨ ਕਾਹਨੂੰ ਹੈ? ਇਹ ਤਾਂ ਪੂਰਾ ਹੋਣ ਵਾਸਤੇ ਇੱਥੇ ਆਇਆ, ਪੂਰਾ ਹੋਊਗਾ, ਫਿਰ ਇਹਨੂੰ ਸਰੀਰ ਦੀ ਕੀ ਲੋੜ ਹੈ? ਪੂਰਾ ਹੋਏ ਤਾਂ ਉੱਗ ਪੈਂਦਾ ਦਾਣਾ, ਫਿਰ ਜਾਂ ਉੱਗ ਪਿਆ ਹੋਵੇ ਬਿਰਛ ਬਣ ਗਿਆ, ਫਿਰ ਹੀ ਲੋੜ ਹੈ। ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ, ਅੰਤਰ ਗਿਆਨ ਜੋਤ, ਅੰਤਰ ਜੋਤ ਗਿਆਨ ਪ੍ਰਗਾਸਾ, ਗਿਆਨ ਦਾ ਪ੍ਰਕਾਸ਼ ਅੰਦਰ। ਤਿੰਨ ਗੁਰਮੁਖ ਕਿੰਨ ਗੁਰਮੁਖ ਵਿਰਲੇ ਜਾਣੀ, ਫਿਰ ਕੋਈ ਵਿਰਲਾ ਗੁਰਮੁਖ ਇਸ ਗੱਲ ਕਹਾਣੀ ਨੂੰ ਜਾਣ ਸਕਦਾ, ਜਦ ਉਹਦੇ ਅੰਦਰ ਪੂਰਾ ਜੋਤ ਦਾ ਪ੍ਰਕਾਸ਼ ਹੋ ਜਾਂਦਾ। ਉਹਦੇ ਬਾਅਦ ਫਿਰ ਜਾਣਦਾ। ਇਹ ਕਹਾਣੀ ਲਿਖੀ ਹੈ ਰਾਜਾ ਰਾਮ ਕੀ, ਇਹ ਰਾਜਾ ਰਾਮ ਹੈ ਜਿਹਦੀ ਕਹਾਣੀ ਲਿਖੀ ਹੈ, ਸਾਰੀ ਕਹਾਣੀ ਇਹੀ ਰਮਾਇਣ ਹੈ ਸਾਡੀ, ਰਾਜਾ ਰਾਮ ਕੀ ਕਹਾਣੀ ਗੁਰਬਾਣੀ। ਉਹਦੇ 'ਚ ਇਹ ਰੋਇਆ ਰਾਮ ਰਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਇਹ ਰਾਜਾ ਰਾਮ ਕੀ ਕਹਾਣੀ ਹੈ। ਜਿਵੇਂ ਇਹਦੇ 'ਤੇ ਰੌਲਾ ਪਾਉਂਦੇ ਨੇ ਉਹ, ਵੀ ਜੀ ਰਾਮ ਦਾ ਨਾਂ ਇੰਨੀ ਵਾਰ ਆਇਆ, ਸਾਡਾ ਹੋਰ ਹੈ, ਤੁਹਾਡਾ ਹੋਰ ਹੈ, ਸਾਡਾ ਤਾਂ ਸਾਰੇ, ਸਾਡਾ ਰਾਮ ਨਹੀਂ ਕਦੇ ਮਰਿਆ ਨਾ ਮਰਦਾ, ਸਾਡਾ ਸਾਰਿਆਂ ਦੇ ਵਿੱਚ ਸਰਵਿਆਪਕ ਹੈ ਰਾਮ, ਸਾਰਿਆਂ ਦੇ ਅੰਦਰ ਹੈ, ਘੱਟ ਸਵੇ ਘੱਟ ਰਾਮ ਬੋਲੇ, ਸਾਰੇ ਹੀ ਉਹਦੀ ਅਣਸ ਨੇ। ਹਾਂਜੀ, ਅਨੁਭਵ ਪ੍ਰਕਾਸ਼, ਅਨੁਭਵ ਪ੍ਰਕਾਸ਼, ਪ੍ਰਕਾਸ਼ ਕੀ ਹੈ? ਪੈ ਮੁਕਤ ਪ੍ਰਕਾਸ਼ ਹੈ, ਉਹ ਪ੍ਰਕਾਸ਼ ਨੂੰ ਪੈ ਨਹੀਂ ਕਿਸੇ ਦੀ, ਉਹਨਾਂ ਪ੍ਰਕਾਸ਼ ਹੈ ਨਹੀਂ ਕਿਸੇ ਦਾ ਪੈ। ਤਾਂ ਹੁਣ ਦੇਖੋ ਸਰੀਰ ਦੇ ਵਿੱਚ ਜਿੰਨਾ ਜੋਤ ਹੈ ਇਹਨੂੰ ਪੈ ਹੈ, ਸਰੀਰ ਦਾ ਪ੍ਰਕਾਸ਼ ਸਾਰਾ ਪੈ ਚ, ਦੇਹਧਾਰੀ ਸਾਰੇ ਪ੍ਰਕਾਸ਼ ਵਾਲੇ ਨੇ, ਜੋਤ ਵਾਲੇ ਨੇ, ਜਿਹੜੀ ਸਰੀਰਾਂ ਵਿੱਚ